ਸਾਤਰੀਆ ਕਾਲ ਗੁਰੂ ਜੀ ਤੇ ਸਾਤ ਸੰਗਤ ਜੀ ਬੇਹਤ ਸ਼ੁਕਰਾਨਾ ਗੁਰੂ ਜੀ ਮਹਾਰਾਜ ਇਹ ਸੇਵਾ ਬਖਸ਼ਣ ਦਾ ਹੱਥ ਫੜ ਕੇ ਇਹ ਸੇਵਾ ਨੇਪਰੇ ਚਾੜੋ ਬੇਹਤ ਸ਼ੁਕਰਾਨਾ ਗੁਰੂ ਜੀ ਮਹਾਰਾਜ ਸਾਤ ਸੰਗਤ ਜੀ ਚੌਥੀ ਅਸ਼ਪਦੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਵੇਂ ਪਦੇ ਤੱਕ ਗੁਰੂ ਸਾਹਿਬ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ਵਾਹਿਗੁਰੂ ਦੇ ਗੁਣ ਚਿੰਤਨ ਕਰਨੇ ਚਾਹੀਦੇ ਹਨ ਜੋ ਮਿਹਰਾ ਕਰ ਰਹੇ ਹਨ ਉਹਨਾਂ ਨੂੰ ਅਸੀਂ ਯਾਦ ਰੱਖੀਏ ਤੇ ਸ਼ੁਕਰ ਕਰੀਏ ਪਹਿਲਾਂ ਨਾਮ ਦਾ ਉਪਦੇਸ਼ ਕਰ ਰਹੇ ਹਨ ਫਿਰ ਉਹ ਗੁਣ ਗੁਣ ਦੇ ਕਥਨ ਦੀ ਪ੍ਰੇਰਣਾ ਦੇ ਰਹੇ ਹਨ 5 6 ਤੇ 7ਵੇਂ ਪਦੇ ਵਿੱਚ ਜੀਵਾਂ ਲਈ ਅਕਾਲ ਪੁਰਖ ਅਗੇ ਅਰਦਾਸ ਕਰ ਰਹੇ ਹਨ 8ਵੇਂ ਪਦੇ ਵਿੱਚ ਉਹ ਅਰਦਾਸ ਕਰਕੇ ਸਾਨੂੰ ਲਿਖ ਕੇ ਹੀ ਦੇ ਦਿੱਤੀ ਹੈ ਸ਼ਲੋਕ ਨਿਰਗੁਣ ਆਰਿਆਂ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤਿਸ ਚਿਤ ਰਖ ਨਾਨਕ ਨਿਭੇ ਨਾਲ ਹੈ ਗੁਣਾ ਤੋਂ ਸਖਣੇ ਤੇ ਬਾਲਾ ਵੰਗੂ ਅਨਜਾਨ ਪ੍ਰਾਨੀ ਉਸ ਪਰਮੇਸ਼ਵਰ ਨੂੰ ਸਦਾ ਯਾਦ ਕਰ ਹਾਂ ਜਿਸ ਨੇ ਤੈਨੂੰ ਰਚਿਆ ਹੈ ਉਸ ਨੂੰ ਚਿਤ ਵਿੱਚ ਪੂਰੋ ਕੇ ਰੱਖ ਉਹ ਇੱਥੇ ਉੱਥੇ ਸਦਾ ਤੇਰੇ ਨਾਲ ਨਿਭੇਗਾ ਭਾਵ ਸਹਾਈ ਹੋਏਗਾ ਅਸ਼ਪਦੀ रमैया के गुण एक चेत प्राणी कवन मूल ते कवन दृष्टानी जिन्तु सात सवार सिंगारिया गर्भ अग्नि में जिन्हें उबारिया बार व्यवस्था तुझे प्यारे दूत पर जो बन भोजन सुखसूद बिरध पिया ऊपर साक सैन मुख अपेव बैठ को दैन यह निर्गुण गुण कछु न बूझे बख्स ले ਤੋਂ ਨਾਨਕ ਸੀ ਜੇ ਪਰਮਾਤਮਾ ਕਹਿੰਦੇ ਹਨ हे ਪ੍ਰਾਣੀ ਪਰਮੇਸ਼ਵਰ ਦੇ ਗੁਣਾਂ ਨੂੰ ਯਾਦ ਕਰ ਕਿਸ ਮੂਲ ਨੇ ਮੂਲ ਤੋਂ ਤੇਰੀ ਦੇਹ ਸੋਹਣੀ ਬਣਾ ਦਿੱਤੀ ਹੈ ਜਿਸ ਨੇ ਤੈਨੂੰ ਰਚਿਆ ਸਵਾਰਿਆ ਤੇ ਸ਼ਿੰਗਾਰਿਆ ਹੈ ਜਿਸ ਨੇ ਮਾਤਾ ਦੇ ਗਰਭ ਵਿੱਚ ਤੈਨੂੰ ਅੱਗ ਤੋਂ ਬਚਾਇਆ ਹੈ ਬਾਲਵਸਥਾ ਵਿੱਚ ਤੈਨੂੰ ਦੁੱਧ ਪਲਾਉਂਦੇ ਹਨ ਜਦੋਂ ਜੁਬਨ ਆਇਆ ਤਪੂਜਨ ਤੇ ਹੋਰ ਸਾਰੇ ਸਾਧਨਾ ਵਿੱਚ ਤੈਨੂੰ ਸਭ ਝੂਪਨ ਅਵਸਥਾ ਵਿੱਚ ਉਹ ਤੈਨੂੰ ਭੋਜਨ ਅਤੇ ਸਾਰੇ ਸੁਖ ਸਾਧਨਾ ਦੀ ਸੁਧ ਦਿੰਦੇ ਹਨ ਬੁਢਾਪਾ ਜਦੋਂ ਆਇਆ ਤਾਂ ਸਾਖ ਸੰਬੰਧੀ ਤੇਰੇ ਕੋਲ ਆ ਕੇ ਖੜੇ ਹੋ ਜਾਂਦੇ ਹਨ ਤੇ ਤੈਨੂੰ ਬੈਠੇ ਨੂੰ ਮੂੰਹ ਵਿੱਚ ਭੋਜਨ ਦਿੰਦੇ ਹਨ ਐਸੇ ਪਿਆਰੇ ਗੁਰੂ ਨੂੰ ਚੇਤੇ ਰੱਖੇ ਪ੍ਰਾਣੀ ਤੇ ਨਾਲ ਹੀ ਨਾਲ ਅਕਾਲ ਪੁਰਖ के अरदास करते हैं कि हे अकाल पुरख एजीव गुण रहत आपका गुण चंकी तरह नहीं पता इस बख्श लवो ता ही इस सफलता प्राप्त होएगी होगी ये मनुख मुक्त होएगा जय प्रसाद तर ऊपर सुख बसे सूत प्रात मीत बनता संघ हसे जय प्रसाद पीवे सीतल जला सुखदी पवन पावक अमूला जय प्रसाद भोगे सब रसा सगल समग्री संग साथ बसा दीने हस्त पाव करण नेत्र रसना तिसे त्याग अवर संग रचना ऐसे दोख मूड अंध व्यापे नानक काड लेहो प्रप आपे गुरु साहब कह रहे हैं जीव प्रति उपदेश देंदे हुए दे कि हे जीव जिसकी कृपा करके धरती उत्ते सुख नसता है ਪੁੱਤਰ ਭਰਾ ਮਿੱਤਰਾਂ ਤੇ ਵੋਟੀ ਨਾਲ ਹੱਸਦਾ ਹੈ ਭਾਵ ਉਹਨਾਂ ਦੇ ਨਾਲ ਮਿਲਾਪ ਚ ਤੂੰ પ્રસન્ન ਰਹਿੰਦਾ ਹੈ ਜਿਸ ਦੀ ਕਿਰਪਾ ਕਰਕੇ ਠੰਡਾ ਪਾਣੀ ਪੀਂਦਾ ਹੈ ਜਿਸ ਦੀ ਕਿਰਪਾ ਤੈਨੂੰ ਸੁਖ ਦੇਣ ਵਾਲੀ ਪੌਣ ਤੇ ਅਗ ਦਾ ਸੁਖ ਵੀ ਤੈਨੂੰ ਮਿਲ ਰਿਹਾ ਹੈ ਜੋ ਕਿ ਅਮੁੱਲ ਹੈ ਜਿਸ ਦੀ ਕਿਰਪਾ ਕਰਕੇ ਤੂੰ ਸਾਰੇ ਰਸ ਪ੍ਰਗਿਆ ਹੈ ਪਰਨ ਪੋਸ਼ਨ ਹੋ ਰਿਹਾ ਹੈ ਤੇਰਾ ਸਾਰਾ ਸਮਾਨ ਮਿਲ ਰਿਹਾ ਹੈ ਤੈਨੂੰ ਜਿਸ ਦੀ ਮਿਹਰ ਨਾਲ ਤੂੰ ਵਸ ਰਿਹਾ ਹੈ ਜਿਸਨੇ ਤੈਨੂੰ ਸਭ ਹੱਥ ਪੈਰ ਕੰਨ ਅੱਖਾਂ ਤੇ ਜੀਬ ਦਿੱਤੇ ਹਨ ਏ ਜੀਵ ਉਸ ਦਾਤੇ ਨੂੰ ਛੱਡ ਕੇ ਤੂੰ ਹੋਰ ਨਾਲ ਰਾਚਣਾ ਕਿੰਨੇ ਅश्चर्य ਚੀਕਾ ਲੈ ਅਸ ਐਸੇ ਦੁਖੀ ਮੂਰਖਾਂ ਤੇ ਅੰਨਿਆਂ ਨੂੰ ਹੀ ਵਿਆਪਦੇ ਹਨ ਐਸੇ ਦੁਖ ਏ ਪ੍ਰਭੂ ਇਹਨਾਂ ਜੀਵਾਂ ਨੂੰ ਐਸੇ ਦੁੱਖਾਂ ਵਿੱਚੋਂ ਕੱਢ ਲਵੋ ਇਹ ਗੁਰੂ ਅਰਜਨ ਦੇਵ ਜੀ ਸਾਡੇ ਲਈ ਅਰਦਾਸ ਕਰ ਰਹੇ ਹਨ ਆਦ ਅੰਤ ਜੋ ਰਾਖਣ ਹਾਰ ਤਿਸਿਉ ਪ੍ਰੀਤਨਾ ਕਰੇ ਗਵਾਰ ਜਾ ਕੀ ਸੇਵਾ ਨਵਨਿਤ ਪਾਵੇ ਤਾਂ ਸਿਉ ਮੂੜਾ ਮਨ ਨਹੀ ਲਾਵੇ ਜੋ ਠਾਕੁਰ ਸਤਸਦਾ ਹਜ਼ੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਕਤ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਣ ਹਾਰ ਅਪਾਰ ਪ੍ਰਮਾਤਮਾ ਕਹਿੰਦੇ ਹਨ ਕੇ ਜਨਮ ਤੋਂ ਲੈ ਕੇ ਮੌਤ ਤੱਕ ਜੋ ਪ੍ਰਮਾਤਮਾ ਜੀਵ ਦੀ ਰੱਖਿਆ ਕਰਨਹਾਰਾ ਹੈ ਉਸ ਨਾਲ ਹੀ ਇਹ ਮੂਰਖ ਪ੍ਰੀਤ ਨਹੀਂ ਰੱਖਦਾ ਜਿਸ ਠਾਕੁਰ ਦੀ ਸੇਵਾ ਕਰਨ ਦੇ ਨਾਲ ਇਹਨੂੰ ਨੌ ਨਦੀਆਂ ਦੀ ਪ੍ਰਾਪਤੀ ਹੁੰਦੀ ਹੈ ਉਸ ਨਾਲ ਹੀ ਇਹ ਮੂਰਖ ਚੀਵ ਮੰਨ ਨਹੀਂ ਲਾਉਂਦਾ ਜੋ ਠਾਕੁਰ ਸਦਾ ਕਾਲ ਹਾਜ਼ਰ ਹਜ਼ੂਰ ਹੈ ਉਸ ਨੂੰ ਇਹ ਅੰਨਾ ਦੂਰ ਜਾਣਦਾ ਹੈ ਜਿਸ ਠਾਕੁਰ ਦੀ ਸੇਵਾ ਕਰਕੇ ਤਰਗੇ ਵਿੱਚ ਮਾਣ ਪਾ ਸਕਦਾ ਹੈ ਉਸ ਨੂੰ ਇਹ ਮੂਰਖ ਤੇ ਅਗਿਆਨੀ ਮਨੋ ਵਿਸਾਰੀ ਰੱਖਦਾ ਹੈ ਇਹ ਜੀਵਤਾ ਨਿਤਨਿਤ ਭੁੱਲਣ ਹਾਰਾ ਹੈ ਪਰ ਠਾਕੁਰ ਬੇਅੰਤ ਹੈ ਜੋ ਫੇਰ ਉਸਦੀ ਰੱਖਿਆ ਕਰਨ ਵਾਲਾ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਮੂਰਖਤਾ ਕਰਦੇ ਵੀ ਹਾਂ ਅਸੀਂ ਫੇਰ ਵੀ ਉਹ ਸਾਨੂੰ ਬਖਸ਼ਦੇ ਹਨ ਸਾਡੀਆਂ ਭੁੱਲਾਂ ਨੂੰ ਇੱਕ ਪਾਸੇ ਕਰਕੇ ਸਾਡੀ ਹਮੇਸ਼ਾ ਰਕਸ਼ਾ ਕਰਦੇ ਹਨ न त्याग कौडी संग रचे साच छोट झूठ संग मचे जो छड़ना सो अस्थिर करमाने जो होवन सो दूर पुराने छोट जाए श्रम करे संग सहाय तिस पर हरे चंदन लेप उतारे तोए गर्थप गर्थप प्रीत पसम संघ अंधकूप में पतित पिकराल नानक काड लेहो प्रभ दयाल ਇਹ ਜੀਵ ਰਤਨ ਨੂੰ ਛੱਟ ਕੇ ਕਾੜੀ ਦੇ ਪਿੱਛੇ ਪੱਜਦਾ ਹੈ ਸੱਚ ਨੂੰ ਛੱਟ ਕੇ ਝੂਠ ਵਿੱਚ ਫਸਦਾ ਹੈ ਜੋ ਛੱਡਣਾ ਹੈ ਉਸ ਨੂੰ ਅਵਿਨਾਸ਼ੀ ਕਰਕੇ ਮੰਨਦਾ ਹੈ ਜੋ ਹੋਣਾ ਹੈ ਉਸ ਨੂੰ ਦੂਰ ਦੀ ਗੱਲ ਸਮਝਦਾ ਹੈ ਜੋ ਛੱਡ ਜਾਣਾ ਹੈ ਉਸ ਲਈ ਮਿਹਨਤ ਕਰਦਾ ਹੈ ਜੋ ਸਦਾ ਸੰਗ ਸਹਾਈ ਰਹਿਣ ਵਾਲਾ ਪਰਮੇਸ਼ਵਰ ਹੈ ਉਸ ਨੂੰ ਛੱਡ ਦਿੰਦਾ ਹੈ ਜਿਵੇਂ ਖੋਤੇ ਦੀ ਪ੍ਰੀਤ ਸੁਆ ਨਾਲ ਹੁੰਦੀ ਹੈ ਜੇ ਉਸ ਉੱਪਰ ਚੰਦਨ ਦਾ ਲੇਪੀ ਕੀਤਾ ਜਾਵੇ ਤਾਂ ਉਹ ਸਵਾਹ ਵਿੱਚ ਲੇਟ ਕੇ ਹੀ ਲਾਹਸ ਉੱਠਦਾ ਹੈ ਕਿ ਮਨ ਨੂੰ ਧੋ ਕੇ ਲਾਇਆ ਹੈ ਤਿਵੇਂ ਹੀ ਜੀਵ ਕਰਦਾ ਹੈ ਇਹ ਜੀਵ ਕਿਸ ਭਿਆਨਕ ਅਨੇਖੂ ਅ ਗਿਆਨ ਵਿੱਚ ਡਿੱਗ ਪਿਆ ਹੈ ਬ੍ਰਹਿਮਤਾ ਕਰਕੇ ਪ੍ਰਮਾਤਮਾ ਇਸ ਜੀਵ ਨੂੰ ਕੱਢ ਲੋ ਇਸ ਨੂੰ ਬਖਸ਼ ਲੋ ਇਹ ਗੁਰੂ ਅਰਜਨ ਦੇਵ ਜੀ ਅਰਦਾਸ ਕਰ ਰਹੇ ਹਨ प्रतुत पशु की मानस जात लोक पचारा करे दिन रात बाहर पेख अंतर मल माया छपस नहीं कुछ करे छपाया बाहर व्यापे लोप स्वान अंतर अगन बाहर तन स्वा गल पाथर कैसे तरे अथा जाके अंतर बसे प्रभ आप नानक तेजन सहज समात सब हन कि यह जात मनुखती है ਪਰ ਇਹਦੀ ਕਰਤੂਤ ਪਸ਼ੂਆਂ ਦੀ ਹੈ ਕਿਉਂਕਿ ਚੰਗੇ ਮਾੜੇ ਦੀ ਸੋਚ ਛੱਡ ਕੇ ਲੋਕਾਂ ਨੂੰ ਦਿਖਲਾਵਾ ਕਰਦਾ ਰਹਿੰਦਾ ਹੈ ਦਿਨ ਰਾਤ ਬਾਹਰ ਦਾ ਸਾਦਾ ਦਾ ਰੂਪ ਹੈ ਅੰਦਰ ਮਾਇਆ ਦੀ ਮਹਿਲ ਹੈ ਭਾਵੇਂ ਕਿੰਨਾ ਹੀ ਲੁਕਾਉਣ ਦਾ ਯਤਨ ਕਰ ਰਿਹਾ ਹੈ ਪਰ ਅੰਦਰ ਦੀ ਮਹਿਲ ਛੁਪ ਨਹੀਂ ਸਕਦੀ ਬਾਹਰ ਤਾਂ ਗਿਆਨ ਧਿਆਨ ਤੇ ਇਸ਼ਨਾਨ ਕਰ ਦੱਸਦਾ ਹੈ ਪਰ ਅੰਦਰ ਲੋਭ ਰੂਪੀ ਕੁੱਤਾ ਵੜਿਆ ਹੋਇਆ ਹੈ ਅੰਦਰ ਤਾਂ ਤ੍ਰishna ਰੂਪੀ ਆਗ ਹੈ ਤੇ ਬਾਹਰ ਸਰੀਰ ਤੇ ਸਵਾਮਲੀ ਹੋਈ ਹੈ ਇਸ ਦੇ ਗਲ ਮਨ ਵਿੱਚ ਦਿਖਲਾਵਾ ਮਾਇਆ ਲੋਭ ਤੇ ਤ੍ਰishna ਰੂਪੀ ਪੱਥਰ ਪਏ ਹੋਏ ਹਨ ਦੱਸੋ ਇਹ ਸੰਸਾਰ ਰੂਪੀ ਸਮੁੰਦਰ ਨੂੰ ਜੋ ਅਥਾ ਹੈ ਕਿਵੇਂ ਤਰ ਸਕਦਾ ਹੈ ਤਰ ਉਹੀ ਸਕਦੇ ਹਨ ਜਿਨ੍ਹਾਂ ਦੇ ਅੰਦਰ ਆਪ ਪਰਮੇਸ਼ਵਰ ਵਾਸਤਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਹੀ ਵਾਹਿਗੁਰੂ ਹੈ ਜੋ ਨਿਰਸਰੂਪ ਵਿੱਚ ਸਮਾਉਂਦੇ ਹਨ ਜਿਨ੍ਹਾਂ ਦੇ ਵਿੱਚ ਉਹੀ ਤਰ ਸਕਦੇ ਹਨ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗੈਲੇ ਓੜ ਨਿਭਾਵੇ ਕਹਾਂ 부ਜਾਰਤ ਪੂਜੇ ਡੋਰਾ ਨਿਸ ਕਹੀਏ ਤੋ ਸਮਝੇ ਪੋਰਾ ਕਹਾਂ ਬਿਸਨਪਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰਪੰਗ ਕੇ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰुणा ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਜੀਵਾਂ ਲਈ ਸਿਫਾਰਿਸ਼ ਤੇ ਅਰਦਾਸ ਸ਼ੁਰੂ ਕੀਤੀ ਹੈ ਪ੍ਰਮਾਤਮਾ ਨੇ ਇਹਨਾਂ ਪੰਕਤੀਆਂ ਵਿੱਚ ਅੱਖਾਂ ਤੋਂ ਜੋ ਹੋਵੇ ਅੰਨਾ ਉਹ ਕੰਨਾਂ ਤੋਂ ਸੁਣ ਲੈਣਾ ਮਾਤਰ ਨਾਲ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ ਉਸ ਦਾ ਹੱਥ ਫੜ ਲੋ ਪ੍ਰਮਾਤਮਾ ਤਾਂ ਉਹ ਅੰਤ ਤੱਕ ਤੁਰ ਰਹਿੰਦਾ ਨਿਰਵਾਹ ਕਰ ਲੈਂਦਾ ਹੈ ਕੰਨਾ ਤੋ ਬੋਲਾ ਹੈ ਉਹ 부ਜਾਰਤ ਕਿਸ ਤਰ੍ਹਾਂ 부ਝ ਸਕਦਾ ਹੈ ਜੇ ਉਸ ਨੂੰ ਆਖਾਂ ਕੇ ਰਾਤ ਤੋਂ ਸਮਝੇਗਾ ਦਿਨ ਗੁੰਗਾ ਪਿਸ਼ਨ ਪਦੇ ਕਿ ਕਿਸ ਤਰ੍ਹਾਂ ਗਾ ਸਕਦਾ ਹੈ ਜੇ ਉਹ ਗਉਣ ਦਾ ਯਤਨ ਵੀ ਕਰੇ ਤਾਂ ਵੀ ਸੁਰ ਭੰਗ ਰਹੇਗਾ ਕਿਸ ਤਰ੍ਹਾਂ ਪਿੰਗਲਾ ਪਰਵਤ ਪਰ ਘਰ ਬਣਾ ਸਕਦਾ ਹੈ ਉਸ ਦਾ ਤਾਂ ਉੱਥੇ ਜਾਣਾ ਵੀ ਨਹੀਂ ਹੋ ਸਕਦਾ हे दयालु करतार यह गरीब बेनती करता है कि यह जीव केवल थोड़ी तो कृपा नाल ही तर सकता है संग सहाय सु आवे न चीत जो बैराई त्यू प्रीत बलुआ के ग्रह भीतर वसे दृढ़ कर माने मन में प्रतीत काल न आवे मूड़े चीत बैर विरोध काम क्रोध मोह झूठ बेकार महालोपध्रोह ਇਹਾਂਉ ਜੁਗਤ ਬਿਆਨਨੇ ਕਈ ਜਨ ਨਾਨਕ ਰਾਖ ਲਿਹੋ ਆਪ ਕਰ ਕਰਮ ਉਸ ਆਪ ਕਹਿ ਰਹੇ ਹਨ ਜੀਵ ਨੂੰ ਕਰਤਾਰ ਜੋ ਨਿਤ ਉਸ ਦਾ ਸੰਗੀ ਹੈ ਅਤੇ ਹਰ ਵੇਲੇ ਸਹਾਈ ਹੈ ਸੋ ਤਾਂ ਚਿਤ ਵਿੱਚ ਹੀ ਨਹੀਂ ਰਹਾਂਦਾ ਪਰ ਵਿਸ਼ੇਵ੍ਰਤੀ ਜੋ ਵੈਰੀ ਹੈ ਉਸ ਨਾਲਿਸ ਦੀ ਪ੍ਰੀਤ ਹੈ ਇਸ ਇਸ ਨਾਸ਼ਮਾਨ ਜਗਤ ਵਿੱਚ ਮਾਨੋ ਰੇਤ ਦੇ ਘਰ ਅੰਦਰ ਵਸਦਾ ਹੈ ਫਿਰ ਖੁਸ਼ੀਆਂ ਖੇਲਾ ਤੇ ਮਾਇਆ ਦੇ ਰੰਗ ਵਿੱਚ ਰਸ ਜਾਂਦਾ ਹੈ ਇਹ ਮਾਇਆ ਤੇ ਇਸ ਦੇ ਰਸਾਂ ਨੂੰ ਜੀ ਮੰਨ ਦੇ ਯਕੀਨ ਵਿੱਚ ਧ੍ਰਿੜ ਕਰਕੇ ਮੰਨ ਰਿਹਾ ਹੈ ਭਾਵ ਇਹਨਾਂ ਨੂੰ ਸਦਾ ਰਹਿਣ ਵਾਲੇ ਜਾਣ ਰਿਹਾ ਹੈ ਪਰ ਮੂਰਖ ਨੂੰ ਕਾਲ ਚੇਤੇ ਨਹੀਂ ਆਉਂਦਾ ਕਿ ਉਸਨੇ ਇਹ ਧ੍ਰਿੜ ਨਹੀਂ ਰਹਿਣ ਦੇਣੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਆਦ ਦਾ ਲਾਲਚ ਤ੍ਰੋ ਵਿਸਾਕਤ ਇਹ ਨਾਂ ਦੇ ਨਾਲ ਜੁੜਿਆ ਹੈ। ਏ ਨਾਨਕ ਇਸ ਜੀਵ ਦੇ ਕਈ ਜਨਮ ਬੀਤ ਗਏ ਹਨ। ਸਾਰੇ ਜੀਵਾਂ ਨੂੰ ਮਨੋਂ ਨਾਲ ਲੈ ਕੇ ਅਰਦਾਸ ਕਰ ਰਹੇ ਹਨ ਗੁਰੂ ਸਾਹਿਬ ਕੇ हे ਪ੍ਰਮਾਤਮਾ ਤੁਸੀਂ ਆਪਣੀ ਦਇਆ ਕਰਕੇ ਸਾਨੂੰ ਸਭ ਨੂੰ ਬਚਾ ਲਓ। ਤੂ ਠਾਕੁਰ ਤੁਮ ਪੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੇ ਸੂਕ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚ ਤੇ ਉਚਾ ਪਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮਤੇ ਹੋਏ ਸਵਾਗਿਆਕਾਰੀ ਤੁਮਰੀ ਕਤਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਗੁਰੂ ਸਾਹਿਬ ਕਹਿੰਦੇ ਹਨ ਕਿ ਹੈ ਕਰਤਾਰ ਤੂੰ ਹੀ ਮਾਲਕ ਹੈ ਤੇਰੇ ਪਾਸ ਹੀ ਬੇਨਤੀ ਹੈ ਸਾਡੀ ਜਿੰਤੇ ਸ਼ਰੀਰ ਸਭ ਤੇਰੀ ਬਖਸ਼ੀ ਹੋਈ ਹੈ ਤੇਰੀ ਹੀ ਪੂੰਜੀ ਹੈ ਤੁਸੀਂ ਮਾਤਾ ਹੋ ਤੁਸੀਂ ਪਿਤਾ ਹੋ ਅਸੀਂ ਤੁਹਾਡੇ ਬੱਚੇ ਹਾਂ ਤੁਹਾਡੀ ਕਿਰਪਾ ਵਿੱਚ ਹੀ ਸਾਨੂੰ ਸੁੱਖ ਮਿਲ ਰਹੇ ਹਨ हे ਭਗਵਾਨ ਤੇਰਾ ਅੰਤ ਕੋਈ ਨਹੀਂ ਜਾਣਦਾ ਤੁਸੀਂ ਉੱਚਿਆਂ ਤੋਂ ਵੀ ਉੱਚੇ ਹੋ ਸੰਸਾਰ ਦੀ ਸਾਰੀ ਸਮਗਰੀ ਤੁਹਾਡੇ ਹੁਕਮ ਰੂਪ ਸੂਤਰ ਨਾਲ ਧਾਰੀ ਹੋਈ ਖੜੀ ਹੈ ਇਹ ਸਮਗਰੀ ਤਵ ਤੋਂ ਹੋਈ ਹੈ ਰਚੀ ਗਈ ਹੈ ਸੋ ਤੁਹਾਡੀ ਆਗਿਆਕਾਰੀ ਹੈ ਤੁਹਾਡੇ ਹੁਕਮ ਵਿੱਚ ਚੱਲ ਰਹੀ ਹੈ ਪਰ ਕਿਵੇਂ ਉਹ ਤੇ ਕਿਵੇਂ ਆਪ ਹੋ ਤੁਹਾਡੀ ਗਾਤ ਮਿਤ ਨੂੰ ਤੁਸੀਂ ਹੀ ਜਾਣਦੇ ਹੋ ਤੁਹਾਡਾ ਇਹ ਦਾਸ ਤਾਂ ਆਪ ਤੋਂ ਸਦਾ ਵਾਰੇ-ਵਾਰੇ ਜਾਂਦਾ ਹੈ ਇਸ ਅਸ਼ਪਦੀ ਵਿੱਚ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਸੋ ਉਹਨਾਂ ਦੇ ਅਰਥ ਕੀਤੇ ਜਾ ਰਹੇ ਹਨ ਉਬਾਰਿਆ ਕੱਢਣਾ ਸੀਜੇ ਸਜਣਾ ਜਾਂ ਪਕਾਣਾ ਦੋਖ ਮਤਲਬ ਅਫਗੁਣੀਆਂ ਗਲਤੀਆਂ ਪੁਰਾਣੇ ਪ੍ਰਤੀਤੀਆਂ ਵਿਸ਼ਵਾਸ ਜਾਂ ਪਛਾਣਨਾ ਗਰਥ ਦਾ ਅਰਥ ਹੈ ਗਦਾ ਜਾਂ ਖੋਤਾ ਵਿਕਰਾਲ ਦਾ ਅਰਥ ਹੈ ਭਿਆਨਕ ਲੋਕਪਚਾਰਾ ਲੋਕਾਂ ਨੂੰ ਆਪਣੇ ਬਾਰੇ ਦੇ ਖਰਾਵਾ ਕਰਨਾ ਬਿਸਨ ਪਦ ਦਾ ਅਰਥ ਹੈ ਵਿਖਮ ਪਦ ਛੰਦ ਜਿੱਦੀ ਪਹਿਲੀ ਤੁਕ ਛੋਟੀ ਹੁੰਦੀ ਹੈ ਤੇ ਅਗਲੀਆਂ ਤੁਕਾਂ ਜਿਹੜੀਆਂ ਹਨ ਉਹ ਦੂਨੀਆਂ ਹੋ ਜਾਂਦੀਆਂ ਇਹ ਅਕਸਰ 26 27 ਜਾਂ 28 ਮਾਤਰਾ ਵਾ ਇਹਨਾਂ ਚ ਹੁੰਦੀਆਂ ਹਨ ਤੇ ਵਿਸ਼ਨਪਦ ਦੇ ਅਰਥ ਵਿਸ਼ਨੂ ਦੇ ਗੀਤ ਵੀ ਕਹਿੰਦੇ ਹਨ ਕਈ ਵਿਚਾਰਤਾਰਕ ਕਿਸ਼ਨ ਲੀਲਾ ਦੇ ਛੰਦ ਅਕਸਰ ਵਿਖੰਪਦ ਵਿੱਚ ਹੀ ਕਹੇ ਗਏ ਹਨ ਮੀਰਾ ਬਾਈ ਤੇ ਹੋਰ ਭਗਤਾਂ ਨੇ ਰਚੇ ਹਨ ਸੁਰਪੰਗ ਦਾ ਅਰਥ ਹੈ ਜਦੋਂ ਤੁਸੀਂ ਗਾਉਂਦੇ ਹੋ ਤਾਂ ਤੁਹਾਡਾ ਸੁਰ ਟੁੱਟ ਜਾਂਦਾ ਹੈ ਵਿਖੰਪਦ ਤੇ ਸੁਰਪੰਗ ਦੀ ਵਰਤੋਂ ਇਕੂਗੇ ਲਈ ਕੀਤੀ ਗਈ ਹੈ ਕਿ ਉਹ ਅਗਰ ਚਾਹੇ ਵੀ ਤਾਂ ਉਹ ਇਹ ਪਦਾ ਨੂੰ गा ਨਹੀਂ ਸਕਦਾ ਉਹਦਾ ਸੁਰ ਪੰਗ ਹੋਏਗਾ ਭਾਵ ਉਹਦੇ ਗਲੇ ਵਿੱਚੋਂ ਗੰਠ ਵਿੱਚੋਂ ਕੋਈ ਆਵਾਜ਼ ਹੀ ਨਹੀਂ ਨਿਕਲੇਗੀ করুণਾ ਦਾ ਅਰਥ ਹੈ ਦਿਆਲੂ ਬਲੂਆ ਦਾ ਅਰਥ ਹੈ ਰੇਤ ਸੂਤਰ ਦਾ ਅਰਥ ਹੈ ਨਿਯਮ ਅਸੂਲ ਜਾਂ ਕਾਨੂੰਨ ਗਤਮਿਤਤਾ ਭਾਵ ਹੈ ਤੁਸੀਂ ਕਿੱਡੇ ਹੋ ਕਿਵੇਂ ਹੋ ਤੇ ਕਿਵੇਂ ਵੀ ਕੀ ਕੁਝ ਕਰ ਸਕਦੇ ਹੋ ਗਤਮਿਤ ਦਾ ਅਰਥ ਇਹ ਨਿਕਲਦਾ ਹੈ ਕਿ ਤੁਹਾਨੂੰ ਕੁਝ ਵੀ ਨਹੀਂ ਪਤਾ ਕਿ ਪ੍ਰਮਾਤਮਾ ਕੀ ਹੈ ਉਹਨਾਂ ਦਾ ਭੇਦ ਨਹੀਂ ਜਾਣ ਸਕਦੇ